Upar
Upkari, gur par
हर नाम जेवड़ कोई अवर न सूझे हर नाम जेवड़ कोई अवर न सूझे हर नाम नाम अंतिश दाता हर नाम अंतिश दाता सतगुर अपने को सदा नमस्कारी सतगुर अपने को सदा नमस्कारी सतगुर अपने को सदा नमस्कारी मिले हर नाम में जाता जित मिले हर नाम में जाता
तन धन गुरु का पिता माता तन धन गुरु का पिता माता तन धन गुरु का पिता प्यारे धन गुरु रामदास साहब सच्चे पातशाह जी महाराज की दया आगमन पुरब दियाँ आप जी समूह संगतां नूं कोटान कोट वधाइया होन धन धन रामदास गुर जिन सिरिया तिन्हें सवारिया पूरी होई करामात आप सिरजन हार है तारिया सच्चे पातशाह दे बचन असी सारे ने गुरु पातशाह दी मेहर नाल गाए सुने ने हर नाम दिया गुर पर उपकारी तन सच्चे पातशाह ऐसे परोपकारी धन गुरु रामदास महाराज जिन्हां ने जिथे नाम दी वरखा कीती नाम दी कारै आप लगे होरनां नूं लाया नाम दी कार विच लगियां चतुराइयां सियाणपां दुनियावी चतुराइयां सियाणपां तो दूर रहण दा उपदेश दृढ़ाउंदिआं अपनी गल करदिआं इह बचन कीते हौ मूरख कारै लाइआ नानक हर कमे अज सानूं किते दो चार दस वारी वाहिगुरु 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 कहण दी आदत पै जाए ना सानू लगदा साडे वर्गा कोई दुनिया ते होर नहीं होना पर देखो धन सच्चे पातशाह जिन्हां दे सरूप जिन्हां दे सपुत्र धन गुरु अर्जन देव जी कह रहे ने हर आराध न जाना रे हर हर गुर गुर करता रे पता नहीं आराधना किवें करनी है पर दसिया गुरु ने इस करके जिवें दसिया उवें हरी हरी गुरु गुरु करी जांदे आ उवें करी जांदे ते फिर अखीर ते ये भी कहा मैं मूर्ख की केतक बात है कदे जिंदगी च ओ समा आया बड़ी बाणी पढ़ के बड़ा कीर्तन करके बड़ी कथा करके बड़ा कीर्तन कथा सुन के बड़े जोड़े झाड़ के बड़े लंगर लवा के छका के बड़िया गुरधामां दे यतन करके दर्शन करके फिर भी मन ने कहा मैं मूर्ख मैनू क्षमा करियो कन्नां नूं हथ ला के पहलों माफ़ी मंग लैंदा साडे वर्गे मूहों कहण वाले वर्ग बड़े मिर जाणगे हाँ जी तुसी जी साडे जी तुसी जी असी जी तुहाडे चरण धूड़ जी इदां कहण वाले बड़े मिल जाणगे अपने आप नूं उत्तों उत्तों मूर्ख कहण वाले बड़े मिल जाणगे पर जे कोई दूजा कहे ना वाकई तुसी मूर्ख हो पता तो फिर लगता पता तो फिर लगता भाई मन कित्थे खड़ा मारे कहते मन क्या कहता
ਹਾਂ ਕਿਆ ਕਹਿਤਾ ਮੈਂ ਕੀ ਕਹਿੰਦਾ ਮੇਰਾ ਮਨ ਕੀ ਕਹਿੰਦਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਆਗੇ ਕਿਆ ਕਹਿਤਾ ਸਾਰੀਆਂ ਕਲਾ ਦੇ ਮਾਲਕ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ ਵੀ ਮਨ ਕੀ ਕਹਿੰਦਾ ਅਤੇ ਮੈਂ ਕੀ ਕਹਿੰਦਾ ਮੇਰੇ ਸਤਿਗੁਰੂ ਜੀ ਜਿਨ੍ਹਾਂ ਨੇ ਪਰਉਪਕਾਰ ਕੀਤੇ ਜਿੱਥੇ ਨਾਮ ਜਪਣ ਦੀ ਕਾਰੇ ਦੁਨੀਆਂ ਨੂੰ ਲਾਇਆ ਉੱਥੇ ਦੁਨਿਆਵੀ ਕਾਰੋਬਾਰ ਦੀ ਕਾਰੇ ਵੀ ਲਾਇਆ 52 ਕਿਸਮ ਦੇ ਕੰਮ ਕਰਨ ਵਾਲਿਆਂ ਲੋਕਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਅਜੇ ਵੀ ਉਸ ਜਗ੍ਹਾ ਨੂੰ ਕਿੱਤੇ ਕਿਹਾ ਜਾਂਦਾ ਕਿੱਤੇ 52 ਕਿਸਮ ਦੇ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਿੰਨੀ ਵੱਡੀ ਗੱਲ ਹੈ ਵੱਡੇ ਛੋਟੇ ਕਾਰੋਬਾਰ ਦਾ ਵਖਰੇਵਾ ਮਿਟਾਇਆ ਜਾਤ ਪਾਤ ਦਾ ਵਖਰੇਵਾ ਮਿਟਾਇਆ ਸਾਰਿਆਂ ਨੂੰ ਇੱਕ ਨਗਰੀ ਵਿੱਚ ਵਸਾ ਕੇ ਗੁਰੂ ਦੀ ਨਗਰੀ ਦੇ ਵਸਨੀਕ ਬਣਾ ਦਿੱਤਾ ਉਹ ਦੁਨੀਆ ਤਾਂ ਬੜੇ ਯਤਨ ਕਰਦੀ ਹੈ ਕੋਈ ਕਿਤੇ ਜਾ ਕੇ ਕਹਿੰਦਾ ਫਲਾਣੀ ਜਗ੍ਹਾ ਆਰੇ ਨਾ ਚਲਵਾ ਲਓ ਫਲਾਣੀ ਜਗ੍ਹਾ ਸਾਰਾ ਹੀ ਦਾਨ ਕਰ ਦਿਉ ਫਲਾਣੀ ਜਗ੍ਹਾ ਤੁਸੀਂ ਕੰਧ ਤੋਂ ਡਿੱਗ ਕੇ ਮਰ ਜਾਓ ਤਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਉਹ ਗੁਰੂ ਕੇ ਪਿਆਰਿਓ ਮੇਰੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਧਰਤੀ 'ਤੇ ਪ੍ਰਤੱਖ ਸੱਚਖੰਡ ਬਣਾ ਦਿੱਤਾ ਨਾਮ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੱਖ ਸੱਚਖੰਡ ਬਣਾ ਦਿੱਤਾ ਅਤੇ ਮਹਾਰਾਜ ਨੇ ਸਾਨੂੰ ਸੱਚਖੰਡ ਦੇ ਹੀ ਲੜ ਲਾਇਆ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦਾਸ ਤਾਂ ਕਈ ਵਾਰੀ ਸੰਗਤ ਵਿੱਚ ਬੇਨਤੀ ਕਰਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਨੇ ਜਿਹੜਾ ਇਹਨਾਂ ਨਾਲ ਜੁੜ ਗਿਆ ਉਹ ਜਿਉਂਦਾ ਹੋਇਆ ਸੱਚਖੰਡ ਨਿਵਾਸੀ ਏ ਜਿਹਦਾ ਮਨ ਇਹਨਾਂ ਦੀ ਬਾਣੀ ਵਿੱਚ ਲੱਗ ਗਿਆ ਇਹਨਾਂ ਦੇ ਬਚਨ ਮੰਨਣ ਲੱਗ ਪਿਆ ਉਹ ਤਾਂ ਤੁਰਿਆ ਫਿਰਦਾ ਵੀ ਸੱਚਖੰਡ ਵਿੱਚ ਰਹੇਗਾ ਅਤੇ ਖਿਮਾ ਕਰਿਓ ਜਿਹੜਾ ਬੜੀਆਂ ਸੋਹਣੀਆਂ ਪੁਸ਼ਾਕਾਂ ਪਾ ਕੇ ਬੜੀਆਂ ਸੋਹਣੀਆਂ ਗੱਡੀਆਂ 'ਤੇ ਘੁੰਮਦਾ ਏ ਬੜਾ ਲਾਉਂ ਲਸ਼ਕਰ ਅੱਗੇ ਪਿੱਛੇ ਭਾਵੇਂ ਜਿੱਡਾ ਮਰਜ਼ੀ ਵੱਡਾ ਲੀਡਰ ਹੋਵੇ ਅਤੇ ਭਾਵੇਂ ਇੱਦਾਂ ਦਾ ਵੀ ਹੋਵੇ ਭਈ ਪੁਸ਼ਾਕਾਂ ਪਾ ਪਾ ਕੇ ਗੁਰੂ ਦੀਆਂ ਰੀਸਾਂ ਕਰੇ ਲੋਕਾਂ ਕੋਲੋਂ ਮੱਥੇ ਟਿਕਾਵੇ ਅਤੇ ਮੇਰੇ ਬਾਪੂ ਜੀ ਕਹਿੰਦੇ ਉਹ ਤਾਂ ਨਰਕ ਨਿਵਾਸੀ ਏ ਪ੍ਰਭੂ ਛੋੜ ਅਨ ਲਾਗੇ ਨਰਕ ਸਮਝੀਏ ਭਾਈ ਗੁਰਦਾਸ ਜੀ ਦਾ ਇੱਕ ਬਚਨ ਯਾਦ ਆਇਆ ਕਹਿੰਦੇ ਕਹਿੰਦੇ ਜੇ ਖੁੱਥੀ ਬਿੰਡਾ ਬਹਿ ਕਿਉਂ ਹੋਏ ਬਜਾਜ ਕਹਿੰਦੇ ਵੀ ਕਿਸੇ ਨੇ ਕੱਪੜਿਆਂ ਦੀ ਗੰਢ ਬੰਨੀ ਅਤੇ ਬਿੰਡਾ ਉੱਤੇ ਆ ਕੇ ਬਹਿ ਗਿਆ ਆਪਣੇ ਆਪ ਨੂੰ ਸਮਝਣ ਲੱਗ ਪਿਆ ਵੀ ਮੈਂ ਬਜਾਜੀ ਵੇਚਣ ਵਾਲਾ ਬੜਾ ਵੱਡਾ ਬਜਾਜ ਹੈ ਕਿੱਡੀ ਭੁੱਲੇ ਬਜਾਜ ਬਣ ਗਿਆ ਬਣ ਹੀ ਨਹੀਂ ਸਕਦਾ ਫਿਰ ਕਹਿੰਦੇ ਕੁੱਤੇ ਦੇ ਗੱਲ ਵਾਸਣੀ ਵਾਸਣੀ ਨਹਿ ਸਰਾਫੀ ਸਾਜ ਕੁੱਤੇ ਦੇ ਗੱਲ 'ਚ ਮੋਹਰਾਂ ਦੀ ਵਾਸਣੀ ਥੈਲੀ ਬੰਨ ਦਿੱਤੀ ਅਤੇ ਉਹਨੇ ਸਰਾਫ ਵਰਗਾ ਧਨਾੜ ਥੋੜ੍ਹਾ ਬਣ ਜਾਣਾ ਕੁੱਤੇ ਦਾ ਕੁੱਤਾ ਹੀ ਰਹਿਣਾ ਫਿਰ ਕਹਿੰਦੇ ਭਾਈ ਸਾਹਿਬ ਕਹਿੰਦੇ ਰਤਨਮਣੀ ਗੱਲ ਬਾਂਦਰ ਹੈ ਨਹਿ ਸਰਾਫੀ ਸਾਜ ਨਹਿ ਜੌਹਰੀ ਸਾਜ ਇੱਦਾਂ ਕਰਕੇ ਭਾਈ ਸਾਹਿਬ ਜੀ ਗਧੋ ਚੰਦਨ ਖੌਲੀਏ ਨਾ ਗਾਂਧੀ ਗਾਜ
ਗਧੇ ਤੇ ਚੰਦਨ ਜਿੰਨਾ ਮਰਜ਼ੀ ਲੱਦ ਦਿਓ, ਉਹਨੇ ਗਾਂਧੀ ਅਤਰ ਫਲੈਲ ਵੇਚਣ ਵਾਲਾ ਥੋੜ੍ਹਾ ਬਣ ਜਾਣਾ, ਚੁੱਕੀ ਵੇਰੂਗਾ। ਉਹ ਜਿਨ੍ਹਾਂ ਨੇ ਪੁਸ਼ਾਕਾਂ ਪਾਈਆਂ, ਰੀਸਾਂ ਕੀਤੀਆਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀਆਂ, ਹੁਣ ਜੇਲ੍ਹਾਂ 'ਚ ਫੁਲਵਾੜੀਆਂ ਨੂੰ ਪਾਣੀ ਦਿੰਦੇ ਫਿਰਦੇ ਆ। ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰ ਖੜੀਆਂ। ਕਈ ਵਾਰੀ ਨਾ ਗੱਲਾਂ ਇੱਦਾਂ ਦੀਆਂ ਵਾਪਰ ਜਾਂਦੀਆਂ ਵੀ ਸੰਗਤ ਵਿੱਚ ਸੁਣਾਈਏ, ਪਿਆਰ ਵਾਲੇ ਪ੍ਰਵਾਨ ਕਰ ਲੈਂਦੇ ਆ, ਜਿਹੜੇ ਦੂਜੇ ਆ ਉਹਨਾਂ ਨੂੰ ਸੁਣਾਓ ਨਾ ਸੁਣਾਓ ਕੋਈ ਫਰਕ ਨਹੀਂ ਪੈਂਦਾ। ਦਾਸ ਨਾਲ ਵਾਪਰੀ ਗੱਲ ਸਿਡਨੀ ਦੀ, ਲੰਗਰ ਵਿੱਚ ਉੱਥੇ ਗੁਰਦੁਆਰਾ ਸਾਹਿਬ ਲੰਗਰ 'ਚ ਬੈਠੇ ਅਸੀਂ ਇੱਦਾਂ ਪੰਗਤ ਵਿੱਚ, ਅਤੇ ਇੱਕ ਪ੍ਰੇਮੀ ਆ ਗਿਆ। ਪਹਿਲਾਂ ਉਹਦੇ ਬੱਚੇ ਮੇਰੇ ਕੋਲ ਕੀਰਤਨ ਸਿੱਖਦੇ ਸੀ, ਆ ਗਿਆ ਕਹਿੰਦਾ ਗਿਆਨੀ ਜੀ, ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 3 ਵਿਆਹ ਹੋਏ ਸੀ। ਮੈਂ ਕਿਹਾ ਹਾਂਜੀ, ਪੁਰਾਤਨ ਇਤਿਹਾਸਕਾਰ ਪੁਰਾਤਨ ਮਹਾਂਪੁਰਖ ਸਾਰੇ ਮੰਨਦੇ ਆ। ਹੁਣ ਕਈ ਇਹ ਕਹਿੰਦੇ ਆ ਵੀ ਮਾਤਾ ਅਜੀਤ ਕੌਰ ਅਤੇ ਮਾਤਾ ਸੁੰਦਰ ਕੌਰ ਇੱਕੋ ਹੀ ਮਾਤਾ ਜੀ ਦੇ ਨਾਮ ਸੀ, ਭਈ ਇੱਕ ਨਾਂ ਪੇਕਿਆਂ ਦਾ ਸੀ ਇੱਕ ਨਾਂ ਸਹੁਰਿਆਂ ਦਾ ਸੀ, ਪਰ ਗਿਣਤੀ ਤਾਂ 3 ਕਰਨੀ ਪੈ ਗਈ ਨਾ, ਫਿਰ ਵੀ 3 ਨਾਵਾਂ ਦੀ ਗਿਣਤੀ ਤਾਂ ਕਰਨੀ ਪੈ ਗਈ ਨਾ। ਤੋ ਤਿੰਨੋਂ ਮਾਤਾਵਾਂ ਦੇ ਨਾਮ ਠਾਮ, ਉਹਨਾਂ ਦੇ ਪੇਕਿਆਂ ਦਾ ਵਰਣਨ, ਉਹਨਾਂ ਦੇ ਮਾਂ ਪਿਓ ਦਾ ਵਰਣਨ ਸਾਰਾ ਹੀ ਮਿਲਦਾ। ਅਤੇ ਗੁਰੂ ਕੇ ਪਿਆਰਿਓ, ਮੇਰੇ ਖਿਆਲ ਬਾਬਾ ਠਾਕਰ ਸਿੰਘ ਜੀ, ਗਿਆਨੀ ਠਾਕਰ ਸਿੰਘ ਜੀ ਨੇ ਕਥਾ ਵੀ ਕਰਨੀ ਹੈ, ਇਹੋ ਜਿਹੇ ਗੁਰਮੁਖ ਪਿਆਰੇ, ਇਹਨਾਂ ਨੂੰ ਖੋਜਾਂ ਨੇ ਪੁਰਾਣੀਆਂ, ਖੋਜਾਂ ਨੇ ਪੁਰਾਣੀਆਂ। ਚਲੋ ਕਈ ਗੱਲਾਂ ਐਸੀਆਂ ਵੀ ਨੇ ਪੁਰਾਤਨ ਇਤਿਹਾਸ ਵਿੱਚ ਜਿਹੜੀਆਂ ਨੂੰ ਵਿਚਾਰਨ ਦੀ ਲੋੜ ਪੈਂਦੀ ਹੈ, ਵਿਚਾਰਨ ਦੀ ਗੁਰਬਾਣੀ ਅਨੁਸਾਰ ਦੇਖਣ ਦੀ ਪਰਖਣ ਦੀ ਵਿਚਾਰਨ ਦੀ ਲੋੜ ਪੈਂਦੀ ਹੈ। ਜਿਹੜੀ ਗੱਲ ਗੁਰਬਾਣੀ ਅਨੁਸਾਰ ਨਹੀਂ ਟੁੱਕਦੀ ਉਹਨੂੰ ਛੱਡ ਦਿਓ, ਉਹਨੂੰ ਛੱਡ ਦਿਓ, ਉਹ ਸਾਡੇ ਕੰਮ ਦੀ ਨਹੀਂ। ਉਹ ਕਿਉਂ ਆਈ, ਕਿੱਦਾਂ ਆਈ, ਉਹਦੇ ਬਾਰੇ ਬਹਿ ਕੇ ਵਿਦਵਾਨ ਵਿਚਾਰ ਕਰ ਸਕਦੇ ਨੇ, ਉਹਦਾ ਹੱਲ ਕੀ ਕਰਨਾ। ਗੁਰਮਤੀ ਇਹ ਨਾਮ ਜਪਣ ਵਾਲੇ ਵਿਦਵਾਨਾਂ ਦੀ ਕੋਈ ਘਾਟ ਨਹੀਂ। ਬੇਨਤੀ ਕਰ ਰਿਹਾ ਸੀ ਮੈਨੂੰ, ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ 3 ਵਿਆਹ ਹੋਏ ਦੱਸੇ ਜਾਂਦੇ। ਮੈਂ ਕਿਹਾ ਹਾਂਜੀ। ਕਹਿੰਦਾ ਵੀ ਸਿੱਖ ਨੂੰ ਗੁਰੂ ਵਰਗਾ ਬਣਨਾ ਚਾਹੀਦਾ। ਮੈਂ ਕਿਹਾ ਹਾਂਜੀ। ਕਹਿੰਦਾ ਜੇ ਮੇਰਾ ਮਨ ਕਰੇ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਨੀ ਹੈ ਅਤੇ 3 ਵਿਆਹ ਕਰਾਉਣੇ ਆ। ਆ ਸੁਣਿਓ ਜੇ ਲੋਕ ਕਿੱਥੋਂ ਤੱਕ ਜਾਂਦੇ ਆ, ਹੁਜਤਾਂ ਕਿੱਦਾਂ ਦੀਆਂ ਕਰਦੇ ਆ, ਕਿੱਦਾਂ ਦੀਆਂ ਹੁਜਤਾਂ ਕਰਦੇ ਆ। ਮੈਂ ਉਹਦੇ ਪਰਿਵਾਰ ਨੂੰ ਵੀ ਜਾਣਦਾ ਸੀ। ਮੈਂ ਕਿਹਾ ਭਾਈ ਸਾਹਿਬ, ਤੈਨੂੰ 3 ਵਿਆਹ 'ਤੇ ਦਿਸਦੇ ਆ, ਤੈਨੂੰ 3 ਵਿਆਹ 'ਤੇ ਦਿਸਦੇ ਆ, ਅਤੇ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਸਾਹਿਬਜ਼ਾਦੇ ਸ਼ਹੀਦ ਹੁੰਦੇ ਨਹੀਂ ਦਿਸਦੇ, ਆ ਤੇਰੇ 2 ਨੇ ਵਾਰਦੇ, ਇੱਕ ਕਰਾ ਸ਼ਹੀਦ ਫਿਰ ਕਰੀ ਗੱਲ। ਅਤੇ ਗੁਰੂ ਕੇ ਪਿਆਰੋ, ਗੁਰੂ ਦੀ ਰੀਸ ਕੌਣ ਕਰ ਸਕਦਾ, ਗੁਰੂ ਦੀ ਰੀਸ ਕੋਈ ਨਹੀਂ ਕਰ ਸਕਦਾ। ਅੱਜ ਦੇ ਨਕਲੀ ਗੁਰੂ, ਵਿਣ ਗੁਣ ਗੁਰੂ ਸਦਾਏ ਦੇ, ਉਹ ਇਹ ਖੋਟੇ ਮੱਠੇ ਭਾਈ ਗੁਰਦਾਸ ਜੀ ਕਹਿੰਦੇ ਨੇ ਅੱਜ ਦੇ ਗੁਰੂ। ਮੈਨੂੰ ਆਹ ਰੀਸੈਂਟਲੀ ਪਤਾ ਲੱਗਾ ਵੀ ਜਿਹੜਾ ਹੁਣ ਫੁੱਲਾਂ ਨੂੰ ਪਾਣੀ ਦਿੰਦਾ ਫਿਰਦਾ, ਉਹ ਕਹਿੰਦਾ ਸੀ 1-1 ਰੁਪਈਆ ਮੇਰੇ ਅਕਾਊਂਟ 'ਚ ਸਾਰੇ ਚੇਲੇ ਰੋਜ਼ ਜਮ੍ਹਾਂ ਕਰਾਓ। ਕਹਿੰਦੇ 5 ਕਰੋੜ ਸੀ ਅਤੇ ਕਿੰਨਾ ਆ ਗਿਆ ਜੀ ਰੋਜ਼ ਦਾ। ਉਹ ਇੱਕ ਪਾਸੇ ਇੱਦਾਂ ਦੇ ਅਤੇ ਦੂਜੇ ਪਾਸੇ ਸਾਡਾ ਬਾਪੂ ਜੀ ਦੀਆਂ ਰੀਸਾਂ ਕਰਦੇ ਸੀ। ਸਾਡੇ ਬਾਪੂ ਨੇ ਕਿਹਾ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ। ਕਹਿੰਦੇ ਪੰਥ ਭਾਵੇਂ ਮੈਨੂੰ ਜਿੰਨੀ ਮਰਜ਼ੀ ਕੁਰਬਾਨੀ ਦੇਣੀ ਪਏ ਮੈਂ ਉੱਜੜ ਜਾਵਾਂ, ਪਰ ਪੰਥ ਵਸਦਾ ਰਹੇ। ਸੋ ਆਓ ਪਿਆਰਿਓ, ਮਹਾਰਾਜ ਦੇ ਪਿਆਰ 'ਚ ਇੱਕ ਸ਼ਬਦ ਹੋਰ ਪੜ੍ਹ ਲਈਏ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਘੰਟਾ ਕੀਰਤਨ ਨਹੀਂ ਕਰ ਸਕਾਂਗੇ, ਦੱਸਣਾ ਨਹੀਂ ਸੀ ਮੈਂ, ਪਰ ਵੀਰ ਜੀ ਨੇ ਜਿਸ ਹਿਸਾਬ ਨਾਲ ਬੇਨਤੀ ਕੀਤੀ ਸੰਗਤ ਵਿੱਚ ਕੀਰਤਨ ਬਾਰੇ,
ਹੁਣ ਮਜਬੂਰੀ ਹੈ ਮੈਨੂੰ ਦੱਸਣਾ ਪੈਣਾ। ਮਹਾਰਾਜ ਦੇ ਹੁਕਮ ਦੀ ਐਸੀ ਖੇਡ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ 4:20 ਤੋਂ ਲੈ ਕੇ 5:35 ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਾਜ਼ਰੀ ਸੀ। ਉਹ ਤੁਹਾਡੇ ਪਿਆਰ ਕਰਕੇ ਮੈਨੂੰ ਮਜਬੂਰ ਹੋ ਕੇ ਜਾ ਕੇ 1.5 ਘੰਟਾ ਬਹਿਣਾ ਪਿਆ ਉੱਥੇ ਆਫਿਸ ਵਿੱਚ, ਅਤੇ ਉਹਨਾਂ ਨੂੰ ਬੇਨਤੀ ਕੀਤੀ। ਫਿਰ ਇੱਕ ਦਿਨ ਪਹਿਲਾਂ ਕੱਲ੍ਹ ਸੋਦਰ ਦੀ ਸੇਵਾ ਮਿਲ ਗਈ, ਤਾਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਵੀ ਸ਼ਾਇਦ ਨਾ ਆ ਸਕੀਏ, ਪਰ ਤੁਹਾਡੀਆਂ ਅਰਦਾਸਾਂ ਬੇਨਤੀਆਂ ਗੁਰੂ ਰਾਮਦਾਸ ਜੀ ਨੇ ਮੰਨ ਲਈਆਂ। ਉਹ ਝੱਟ ਹੀ ਤਬਦੀਲੀ ਹੋ ਗਈ, ਭਾਵੇਂ ਉੱਥੇ ਬਹਿਣਾ ਸਾਨੂੰ ਪਿਆ, ਅਤੇ ਤੁਹਾਡੇ ਚਰਨਾਂ ਵਿੱਚ ਪਹੁੰਚ ਗਏ ਹਾਂ। ਹੁਣ ਬੇਨਤੀ ਇੱਦਾਂ ਆ ਵੀ ਅਸੀਂ ਤਕਰੀਬਨ 9:10 ਤੱਕ ਸ਼ਬਦ ਦੀ ਹਾਜ਼ਰੀ ਭਰਾਂਗੇ, 20 ਮਿੰਟ ਤੁਹਾਡੇ ਸਾਡੇ ਵੱਲ ਉਧਾਰੇ ਰਹਿ ਗਏ, ਤੁਸੀਂ 20 ਮਿੰਟਾਂ ਦਾ ਭਾਵੇਂ 200 ਮਿੰਟ ਲੈ ਲਿਓ, ਅਸੀਂ ਆਣ ਕੇ ਤੁਹਾਡੇ ਕੋਲ ਹਾਜ਼ਰੀ ਭਰਾਂਗੇ। ਜਦੋਂ ਵੀ ਸਮਾਂ ਬਣਾਓਗੇ, ਸਮਾਂ ਬਣਾਇਓ ਖੁੱਲ੍ਹਾ। ਇਹ ਜਿਹੜੇ 20 ਮਿੰਟ ਅਸੀਂ ਤੁਹਾਡੇ ਕੋਲ ਲੈ ਕੇ ਜਾਣੇ ਆ, ਗੁਰੂ ਸਾਹਿਬ ਕਿਰਪਾ ਕਰਨ ਅਤੇ ਸਾਡੀ ਤੁਹਾਡੀ ਇਹਨਾਂ 20 ਮਿੰਟਾਂ ਦੀ ਸਾਂਝ ਜਿਹੜੀ ਨਾ ਬਣੀ ਰਹਿਣੀ ਚਾਹੀਦੀ ਆ। ਕੁਝ ਉਧਾਰਾ ਰਹਿ ਜੇ ਅਤੇ ਜਿੰਨੇ ਉਧਾਰ ਲੈਣਾ ਹੁੰਦਾ ਉਹ ਫੇਰੇ ਮਾਰਦਾ, ਲਿਆ ਬਈ ਕੱਢ ਇੱਧਰ ਮੇਰੇ, ਹਾਂਜੀ ਤੁਹਾਡੇ ਮਿੰਟ 20 ਨੇ ਮੇਰੇ ਕੋਲ, ਸਾਡੇ ਕੋਲ ਇਹਨਾਂ 20 ਮਿੰਟਾਂ ਦਾ ਸਾਡੀ ਜ਼ਿੰਦਗੀ ਦਾ ਰਿਸ਼ਤਾ ਬਣਨਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰੇ ਅਤੇ ਆਓ ਹੁਣ ਸ਼ਬਦ ਪੜ੍ਹ ਲਈਏ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਪਿਆਰਿਓ ਬਚਨ ਤਾਂ ਬੜੇ ਨੇ ਗੁਰੂ ਦੇ ਪਿਆਰਿਆਂ ਦੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦਾ ਦਿਹਾੜਾ ਵੀ ਤੁਸੀਂ ਮਨਾ ਰਹੇ ਹੋ, ਜਿਨ੍ਹਾਂ ਦਾ ਨਾਮ ਲੈਣ ਲੱਗਿਆਂ ਵੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕਿਹਾ ਜਾਂਦਾ। ਉਹ ਦੁਨੀਆ ਜੋ ਮਰਜ਼ੀ ਕਹੇ, ਪਰ ਪਿਆਰਿਆ ਤੂੰ ਸਤਿਕਾਰ ਨਾਲ ਕਹਿ, ਦੁਨਿਆਵੀ ਮਾਂ ਪਿਓ ਦੇ ਇੱਕ ਨਿੱਕੇ ਜਿਹੇ ਬੱਚੇ ਨੂੰ ਕੋਈ ਚੁੱਕ ਕੇ ਗੋਦੀ ਖਿਡਾਵੇ, ਉਹਨੂੰ ਕਰੇ ਪਿਆਰ, ਅਤੇ ਉਹ ਮਾਂ ਬਾਪ ਖੁਸ਼ ਹੋ ਜਾਂਦੇ ਨੇ ਵੀ ਹਾਂ ਮੇਰੇ ਬੱਚੇ ਨੂੰ ਪਿਆਰ ਕਰਦਾ। ਉਹ ਜਿਹਨੂੰ ਗੁਰੂ ਨਾਨਕ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਹੋਣ, ਜਿਹਦੇ ਕੋਲੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਪ੍ਰਸ਼ਾਦ ਛਕਿਆ ਹੋਵੇ, ਅਤੇ ਗੁਰੂ ਕੇ ਪਿਆਰਿਓ ਉਹ ਕਿੰਤੂ ਪਰੰਤੂ ਕਰਨ ਵਾਲੇ ਤਾਂ ਬੜੇ ਨੇ। ਉਹ ਤਾਂ ਉਹ ਇਹ ਵੀ ਕਹਿੰਦੇ ਕਿਰਪਾਨ ਭੇਟ ਕਰਨ ਦੀ ਕੀ ਲੋੜ ਹੈ, ਚੰਗਾ ਭਾਈ ਤੁਹਾਨੂੰ ਨਹੀਂ ਲੋੜ, ਤੁਸੀਂ ਨਾ ਕਰਿਆ ਕਰੋ, ਨਿਕਲ ਜਾਓ ਸਾਡੇ 'ਚੋਂ, ਸਾਨੂੰ ਲੋੜ ਹੀ ਨਹੀਂ ਤੁਹਾਡੀ, ਸਾਨੂੰ ਤਾਂ ਉਹਨਾਂ ਦੀ ਲੋੜ ਹੈ। ਅਸੀਂ ਤਾਂ ਉਹਨਾਂ ਦੀ ਸੰਗੀ ਬਣਨਾ ਚਾਹੁੰਦੇ ਹਾਂ, ਅਸੀਂ ਤਾਂ ਉਹਨਾਂ ਵਿੱਚ ਰਹਿਣਾ ਚਾਹੁੰਦੇ ਹਾਂ ਜਿਹੜੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਮੰਨਣ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਨਾਨਕ ਮੰਨਣ, ਅਤੇ ਇਹਨਾਂ ਨੂੰ ਗੁਰੂ ਜਾਣ ਕੇ, ਸੰਗਤ ਨੂੰ ਗੁਰੂ ਜਾਣ ਕੇ ਸੰਗਤ ਨੂੰ ਭੋਗ ਲਵਾਉਣ, ਗੁਰੂ ਨੂੰ ਭੋਗ ਲਵਾਉਣ, ਉਹਨਾਂ ਦੀ ਸੰਗਤ ਸਾਨੂੰ ਚਾਹੀਦੀ ਹੈ। ਸੋ ਆਓ 2-3 ਮਿੰਟ ਵਿੱਚ ਇਹ ਸ਼ਬਦ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, 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 ਪਿਆਰਾ ਮੇਰੇ ਨਾਲ ਹੈ, ਪਿਆਰਾ ਮੇਰੇ ਨਾਲ ਹੈ, ਕਿੱਥੇ ਮੈਨੂੰ ਲੈ ਛਡਾਈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸੋ
हर कथा सुनाई हर की हर कथा सुनाई इस गुर को सद बलहारण इस गुर को सद बलहारण इस गुर को सद बलहारण जिन हर सेवा बणत बनाई 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 सो सतगुर प्यारा मेरे नाल है सो सतगुर इस गुर को शाबाश है जिन हर सोजी पाई इस गुर को शाबाश है जिन हर सोजी पाई नानक गुर मिटो वारिया नानक गुर मिटो वारिया जिन हर नाम मन की आस पुराई मेरे मन की आस पुराई मेरे मन की आस पुराई मेरे मन की आस पुराई सो सतगुरु प्यारा मेरे सतगुरु प्यारा मेरे नाल है सो सतगुरु प्यारा मेरे नाल है सो सतगुरु प्यारा मेरे नाल है तन श्री गुरु रामदास जी तन श्री गुरु राम तन श्री गुरु रामदास जी तन श्री गुरु रामदास जी श्री गुरु रामदास जी तन श्री गुरु रामदास जी सो सतगुरु प्यारा मेरा नाल है सो सतगुरु प्यारा मेरा नाल सो सतगुरु प्यारा मेरा नाल है सो सतगुरु प्यारा मेरा नाल है जिथे किथे मैनो ले छड़ाई जिथे किथे मैनो जिथे किथे मैनो ले छड़ाई जिथे किथे मैनो ले छड़ाई सो सतगुरु प्यारा मेरा नाल है सो सतगुरु प्यारा मेरा नाल है सो सतगुरु प्यारा
ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਪਿਆਰਿਓ ਸਤਿਗੁਰੂ ਨੂੰ ਨਾਲ ਵੇਖਣ ਦਾ ਇੱਕੋ ਹੀ ਤਰੀਕਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਬਾਣੀ ਦੇ ਨਿਤਨੇਮ ਹੋਈਏ ਬਾਣੇ ਦੇ ਧਾਰਨੀ ਹੋਈਏ ਜਦੋਂ ਬਾਣੀ ਪੜ੍ਹਾਂਗੇ ਅਤੇ ਬਾਣੀ ਪੜ੍ਹਦਿਆਂ ਮਹਿਸੂਸ ਕਰੀਏ ਧੰਨ ਗੁਰੂ ਨਾਨਕ ਸਾਹਿਬ ਇੱਦਾਂ ਹੀ ਜਪਜੀ ਸਾਹਿਬ ਬੋਲਦੇ ਸਨ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਦਾਂ ਹੀ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਬੋਲਦੇ ਸਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਦਾਂ ਹੀ ਆਨੰਦ ਸਾਹਿਬ ਬੋਲਦੇ ਸਨ ਸੱਚੇ ਪਾਤਸ਼ਾਹ ਇੱਦਾਂ ਹੀ ਰਹਿਰਾ ਸਾਹਿਬ ਬੋਲਦੇ ਸਨ ਸੋਹਲਾ ਬੋਲਦੇ ਸਨ ਇਉਂ ਮਹਿਸੂਸ ਕਰਕੇ ਬਾਣੀ ਪੜ੍ਹੀਏ ਫਿਰ ਆਹ ਜਿਹੜੇ ਪੰਜ ਕਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੇ ਨੇ ਇਹਨਾਂ ਵੱਲ ਵੇਖ ਕੇ ਸਦਾ ਗੁਰੂ ਨੂੰ ਚੇਤੇ ਕਰੀਏ ਅਤੇ ਗੁਰੂ ਕੇ ਪਿਆਰਿਓ ਫਿਰ ਅਸੀਂ ਪਿਆਰ ਨਾਲ ਅਤੇ ਭਰੋਸੇ ਨਾਲ ਪੜ੍ਹ ਸਕਦੇ ਹਾਂ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਨ੍ਹਾਂ ਬਾਰੇ ਬਾਣੀ ਕਹਿੰਦੀ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ ਸੋ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਅਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੇ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਨਾਮ ਆਸਰੇ ਬਹੁਤ ਬਹੁਤ ਵਧਾਈਆਂ ਹੋਣ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਮਹਾਂਪੁਰਖ ਆਪ ਪਹੁੰਚੇ ਨੇ ਗਿਆਨੀ ਠਾਕੁਰ ਸਿੰਘ ਜੀ ਸੋ ਪੁਰਾਣੇ ਗੁਰਸਿੱਖਾਂ ਵਿੱਚੋਂ ਇਤਿਹਾਸ ਦੇ ਖੋਜੀ ਨਾਮ ਦੇ ਰਸੀਏ ਅਤੇ ਬਾਣੀ ਪੜ੍ਹਨ ਵਾਲੇ ਉੱਦਾਂ ਗਿਆਨੀ ਬਹੁਤ ਨੇ ਖੋਜੀ ਬਹੁਤ ਨੇ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਗਿਆਨੀ ਜਿਨ ਸ਼ਬਦ ਲਵਲਾਈ ਗੁਰੂ ਸਾਹਿਬ ਕਿਰਪਾ ਕਰਨ ਇਹ ਗੁਰੂ ਸਾਹਿਬ ਦੇ ਬਚਨ ਔਰ ਜੋ ਇਹਨਾਂ ਦੀ ਜ਼ਿੰਦਗੀ ਵਿੱਚ ਗੁਰਮੁਖਾਂ ਦੀ ਸੰਗਤ ਦੇ ਤਜਰਬੇ ਦੇ ਬਚਨ ਇਹਨਾਂ ਦੁਆਰਾ ਸਾਨੂੰ ਪਹਿਲੋਂ ਵੀ ਪ੍ਰੇਰਦੇ ਨੇ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਸਾਹਿਬ ਇਹਨਾਂ ਕੋਲੋਂ ਸੇਵਾ ਲੈਂਦੇ ਰਹਿਣ ਸੋ ਭੁੱਲਾਂ ਚੁੱਕਾਂ ਦੀ ਖਿਮਾ ਅਤੇ ਹੁਣ ਆਗਿਆ ਬਖਸ਼ੋ ਆਉਣ ਵਾਲੇ ਸਮੇਂ ਭਾਈ ਸਾਹਿਬ ਜੀ ਗਿਆਨੀ ਜੀ ਕੋਲੋਂ ਆਪ ਜੀ ਗੁਰੂ ਕੇ ਬਚਨ ਸਰਵਣ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਰੀ ਸੰਗਤ ਵੱਲੋਂ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਨੂੰ ਰੋਮ ਰੋਮ ਰਾਏ ਜੀਆਂ ਨੂੰ ਦਾਸ ਸਾਰੇ ਸਿੰਘਾਂ ਨੂੰ ਬੇਨਤੀ ਕਰੇਗਾ ਭਾਈ ਸਤਪਾਲ ਸਿੰਘ ਜੀ ਦੇਵਵੀਰ ਸਿੰਘ ਜੀ ਪ੍ਰਭਦੀਪ ਸਿੰਘ ਜੀ ਗਿਆਨੀ ਨੂੰ ਬੇਨਤੀ ਹੈ ਆਪ ਜੀ ਜੋ ਮਹਾਰਾਜ ਦੇ ਅਸਥਾਨ ਵੱਲੋਂ ਪਿਆਰ ਸਤਿਕਾਰ ਲੈਣ ਦੀ ਕਿਰਪਾ ਕਰਨੀ ਸਿੰਘ ਨਾਲ ਬੋਲੇ ਸੋ ਨਿਹਾਲ ਇਹ ਹੁਣ 20 ਮਿੰਟ ਜਿਹੜੇ ਉਧਾਰੇ ਨੇ ਇਹ ਗਿਆਨੀ ਦੀ ਕਿਰਪਾ ਕਰਨੀ ਜਨਵਰੀ ਬਾਬਾ ਦੀਪ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣਾ ਉਦੋਂ ਫਿਰ ਖੁੱਲ੍ਹਾ ਸਮਾਂ ਆਪ ਜੀ ਜਿਵੇਂ ਵੀ ਬਿੱਧ ਬਣੇ ਬਖਸ਼ਣ ਦੀ ਕਿਰਪਾ ਕਰਨੀ ਸਾਰੀ ਸੰਗਤ ਵੱਲੋਂ ਧੰਨਵਾਦ ਅੱਗੇ ਵੀ ਇੱਕ ਵਾਰੀ ਸਾਡਾ ਸਮਾਂ ਕੱਟਿਆ ਗਿਆ ਸੀ ਜੀ ਸਮਾਂ ਗਿਆਨੀ ਨੇ ਇੱਥੇ ਦਾ ਬੁੱਕ ਕਰਤਾ ਰਵਿੰਦਰ ਸਿੰਘ ਜੀ ਨੇ ਕਿਧਰੇ ਹੋਰ ਦਾ ਬੁੱਕ ਕਰਤਾ ਸੀ ਉਹ ਫਿਰ ਪ੍ਰੋਗਰਾਮ ਕਲੈਸ਼ ਹੋ ਗਿਆ ਸੀ ਉੱਦਾਂ ਬੋਲੇ ਸੋ ਨਿਹਾ ਬਾਬਾ ਜੀ ਕਿਰਪਾ ਕਰਨ ਪੰਥ ਦੇ ਸਾਰੇ ਕਥਾ ਵਾਚਕਾਂ ਨੂੰ ਕੀਰਤਨੀਆਂ ਨੂੰ ਇਹੋ ਜਿਹਾ ਨਿਮਰਤਾ ਇਹੋ ਜਿਹਾ ਪ੍ਰੇਮ ਬਖਸ਼ਣ ਰਲ ਮਿਲ ਕੇ ਸਤਿ ਵਚਨ ਇੱਕ ਇੱਕ ਰੋਮ ਰਾਏ ਜੀਆਂ ਨੂੰ ਸਾਰੀ ਸੰਗਤ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਜਿਨ੍ਹਾਂ ਦੀ ਉਡੀਕਾ ਸਨ